ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਭਰਾ ਸਾਡਾ ਵੱਡਾ ਇਸ ਦੁਨੀਆ 'ਤੇ ਨਹੀਂ ਰਿਹਾ। ਪਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ। ਦੂਜੀ ਗੱਲ ਕਿ ਇਹ ਕਿਉਂ ਹੋਇਆ, ਕਿੱਦਾਂ ਹੋਇਆ, ਕੀ ਚੱਲ ਰਿਹਾ ਸੀ ਇਹਦੇ ਪਿੱਛੇ, ਸਭ ਨੂੰ ਪਤਾ ਆ ਕਿ ਬੋਲੀਵੁੱਡ ਦੇ ਵਿੱਚ ਕਿਹੜੇ 3-4 ਪਰਿਵਾਰ ਆ ਜਿਨ੍ਹਾਂ ਦੀ ਚੱਲਦੀ ਆ, ਜਿਹੜੇ ਕਿਸੇ ਨੂੰ ਵੀ ਉੱਠਣ ਨਹੀਂ ਦਿੰਦੇ, ਕਿਸੇ ਦੀ ਵੀ ਜ਼ਿੰਦਗੀ, ਕਿਸੇ ਦੀ ਵੀ, ਕਿਸੇ ਦਾ ਵੀ ਕਰੀਅਰ ਬਰਬਾਦ ਕਰ ਦਿੰਦੇ ਆ। ਸਭ ਨੂੰ ਪਤਾ, ਦੱਸਣ ਦੀ ਲੋੜ ਨਹੀਂ ਆ, ਯੂ ਗੈਸ ਆਲਰੇਡੀ ਨੋ ਦੈਟ। ਦੂਜੀ ਗੱਲ, ਮੇਰੇ ਸਮਾਜ ਮਤਲਬ ਮੈਂ ਰੀਓ ਸਿੰਘ ਰਾਜਪੂਤ ਰਾਜਪੂਤ ਵੀਰਾਂ ਨੂੰ ਇਹ ਕਹਿਣਾ ਕਿ ਤੁਸੀਂ ਗਲਤ ਕਮੈਂਟ ਕਰਦੇ ਹੋ ਥੱਲੇ ਸੁਸ਼ਾਂਤ ਵੀਰ ਨੂੰ, ਜਿਹੜਾ ਉਹਨੇ ਨਾਮ ਚੇਂਜ ਕੀਤਾ। ਗਲਤੀ ਹੋ ਜਾਂਦੀ ਆ ਸਭ ਕੋਲੋਂ, ਤੁਹਾਡੇ ਕੋਲ ਕਿਹੜਾ ਨਹੀਂ ਹੁੰਦੀਆਂ ਜਿਹੜੇ ਤੁਸੀਂ ਕਮੈਂਟ ਕਰਦੇ ਹੋ। ਉਹਨੇ ਦੁਬਾਰਾ ਨਾਮ ਲਾ ਵੀ ਲਿਆ ਸੀਗਾ, ਔਰ ਤੁਸੀਂ ਆਪਣੇ ਹੀ ਸਮਾਜ ਦੇ ਲੋਕਾਂ ਨੂੰ ਲੱਤਾਂ ਖਿੱਚਣ ਜਿਹੜੀਆਂ ਛੱਡ ਦਿਓ ਪਲੀਜ਼। ਰਾਜਪੂਤ ਏਕਤਾ ਬਣਾ ਕੇ ਰੱਖੋ, ਰਾਜਪੂਤਾਂ ਨੂੰ ਨਾਲ ਜੋੜੋ, ਨਾ ਕਿ ਤੋੜੋ। ਟੁੱਟੇ ਤਾਂ ਅਸੀਂ ਪਹਿਲਾਂ ਹੀ ਹੋਏ ਹਾਂ ਯਾਰ, ਵੈਸੇ ਨਹੀਂ ਸਾਨੂੰ ਕੋਈ ਉੱਠਣ ਦਿੰਦਾ। ਮੈਨੂੰ ਹੀ ਲੈ ਲਓ, ਮੈਂ ਆਪਣੇ ਇੰਨੇ ਗਾਣੇ ਕਰਦਾ, ਤੁਸੀਂ ਮੈਨੂੰ ਹਮੇਸ਼ਾ ਕਹਿੰਦੇ ਹੋ ਭਾਜੀ ਗਾਣਾ ਟੀਵੀ 'ਤੇ ਕਿਉਂ ਨਹੀਂ ਆਉਂਦਾ, ਤੁਸੀਂ ਕਿਸੇ ਕੰਪਨੀ ਨਾਲ ਕੰਮ ਕਿਉਂ ਨਹੀਂ ਕਰਦੇ। ਹਰ ਕੰਪਨੀ ਵਾਲਾ ਕਹਿ ਦਿੰਦਾ ਆ, ਰੀਓ ਸਿੰਘ ਜੀ ਆਪਕਾ ਗਾਣਾ ਬਹੁਤ ਅੱਛਾ ਹੈ, ਆਪਕੀ ਆਵਾਜ਼ ਬਹੁਤ ਅੱਛੀ ਹੈ, ਵੀਡੀਓ ਬਹੁਤ ਅੱਛੀ ਹੈ, ਲੇਕਿਨ ਇਹ ਰਾਜਪੂਤ ਹਟਾ ਦੀਜੀਏ। ਠੀਕ ਹੈ, ਉਹ ਰਾਜਪੂਤ ਹਟਾਉਣਾ ਮਤਲਬ ਮੈਨੂੰ ਗੁੱਸਾ ਆਉਂਦਾ, ਮਤਲਬ ਮੈਂ ਇਹ ਨਹੀਂ ਕਰ ਸਕਦਾ, ਰਾਜਪੂਤ ਸ਼ਬਦ ਮੈਂ ਨਹੀਂ ਹਟਾ ਸਕਦਾ। ਠੀਕ ਹੈ, ਮੈਨੂੰ ਗਰਵ ਆ, ਮੈਨੂੰ ਮਾਣ ਆ। ਦੂਜੀ ਗੱਲ, ਜਿੰਨਾ ਵੀ ਆਪਣਾ ਯੂਥ ਆ, ਸਭ ਨੂੰ ਸਮਝਾਓ, ਸਭ ਨੂੰ ਹਿਸਟਰੀ ਦੱਸੋ। 12 ਸਾਲ 14 ਸਾਲ 16 ਸਾਲ ਦੇ ਮੁੰਡੇ ਕੁੜੀਆਂ, ਆਪਣੇ ਆਪਣੇ ਬਜ਼ੁਰਗਾਂ ਬਾਰੇ ਦੱਸੋ ਕਿ ਅਸੀਂ ਰਾਜਪੂਤ ਕੌਣ ਆ। ਮੈਂ ਆਪਣੇ ਪੇਜ 'ਤੇ ਹਿਸਟਰੀ ਸ਼ੇਅਰ ਕਰਦਾ, ਪੋਸਟਾਂ ਪਾਉਣਾ। ਇਹ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਨਾ, ਭਾਈ ਆਪਣੇ ਗਾਣਾ ਨਹੀਂ ਸ਼ੇਅਰ ਕੀਆ, ਭਾਈ ਆਪਣੇ ਯੇ ਨਹੀਂ ਸ਼ੇਅਰ ਕੀਆ, ਇਹ ਛੱਡ ਦਿਓ ਯਾਰ। ਥੋੜ੍ਹਾ ਥੋੜ੍ਹਾ ਦਿਮਾਗੀ, ਥੋੜ੍ਹਾ ਦਿਮਾਗ ਨੂੰ, ਥੋੜ੍ਹਾ ਸੋਚ ਨੂੰ ਉੱਪਰ ਚੱਕੋ ਯਾਰ। ਕਿੱਥੇ ਕਿਹੜੀ ਸਦੀ 'ਚ ਤੁਸੀਂ ਤੁਰੇ ਫਿਰਦੇ ਆ ਹਜੇ? ਰਾਜਪੂਤ ਨਾਮ ਬੁਲੰਦ ਕਰਨਾ, ਛੋਟੀ ਛੋਟੀ ਗੱਲਾਂ ਨੂੰ ਲੈ ਕੇ ਗੁੱਸਾ, ਛੋਟੀ ਛੋਟੀ ਗੱਲਾਂ ਨੂੰ ਲੈ ਕੇ ਬੁਲਸ਼ਿਟ ਕਮੈਂਟ ਨਾ ਕਰੋ ਪਲੀਜ਼। ਜੋੜਨ ਦਾ ਮਤਲਬ ਹੁੰਦਾ, ਜੇ ਕੋਈ ਸਾਡਾ ਰਾਜਪੂਤ ਵੀਰ ਗਲਤ ਰਾਹ ਤੇ ਚੱਲਦਾ ਤਾਂ ਉਹਨੂੰ ਸਮਝਾਓ, ਉਹਨੂੰ ਕੋਲ ਬਿਠਾ ਕੇ ਉਹਨੂੰ ਦੱਸੋ, ਉਹ ਸਮਝੂਗਾ। ਨਾ ਕਿ ਉਹਨੂੰ ਗਾਲਾਂ ਕੱਢੋ, ਨਾ ਕਿ ਉਹਨੂੰ ਗਲਤ ਲਿਖੋ। ਯਾਰ ਤੁਸੀਂ ਲੋਕ ਮੈਂਟਲੀ ਜਿਹੜੇ ਗਲਤ ਕਮੈਂਟ ਕਰਦੇ ਆ ਨਾ, ਮੈਂਟਲੀ ਤੁਸੀਂ ਅਸਲ ਦੇ ਵਿੱਚ ਤੁਸੀਂ ਵੀ ਡਿਪਰੈਸ਼ਨ 'ਚ ਹੋ। ਠੀਕ ਹੈ, ਤੁਸੀਂ ਖੁਦ ਡਿਪਰੈਸ਼ਨ ਵਿੱਚ ਹੋ, ਮੇਰੀ ਗੱਲ ਨੂੰ ਯਾਦ ਰੱਖੋ। ਠੀਕ ਹੈ, ਅੱਜ ਹਿੰਦੁੱਤਵ ਦੀ ਗੱਲ ਚੱਲਦੀ ਆ, ਅੱਜ ਰਾਜਪੂਤ ਦੀ ਗੱਲ ਚੱਲਦੀ ਆ, ਰਾਜਪੂਤ ਨਾਮ ਦੱਬਿਆ ਜਾ ਰਿਹਾ, ਰਾਜਪੂਤ ਇਤਿਹਾਸ ਚੋਰੀ ਹੋਈ ਜਾ ਰਿਹਾ, ਉਹਦਾ ਕਾਰਨ ਕੀ ਆ? ਤੁਸੀਂ ਇੱਕ ਹੀ ਨਹੀਂ ਹੋ ਰਹੇ, ਤੁਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹੋ, ਆ ਪੈਸੇ ਪਿੱਛੇ ਲੱਗੇ ਹੋ। ਯਾਰ ਮੇਰੇ ਕੋਲ ਸਭ ਕੁਛ ਪਰਮਾਤਮਾ ਨੇ ਦਿੱਤਾ ਆ, ਮੈਂ ਵੀ ਤਾਂ ਆਪਣਾ ਕਮਾ ਸਕਦਾ ਵਧੀਆ, ਹੋਰ ਜਿਹੜੇ ਪੈਸੇ ਮੈਂ ਗਾਣਿਆਂ ਤੇ ਲਾਉਣਾ ਜਾਂ ਮੂਵੀਆਂ ਤੇ ਲਾਉਣੇ, ਪਰ ਮੇਰੇ ਦਿਮਾਗ 'ਚ ਨਹੀਂ ਆ ਕਿ ਮੈਂ ਉਹ ਪੈਸੇ ਜੋੜਾਂ ਜਾਂ ਆਪਣੀ ਅਯਾਸ਼ੀ ਕਰਾਂ। ਮੇਰਾ ਮਕਸਦ ਆ, ਮੇਰੇ ਜੀਣ ਦਾ ਇੱਕ ਮਕਸਦ ਆ, ਮੈਂ ਇੱਦਾਂ ਨਹੀਂ ਆਇਆ, ਜੀਆਂ, ਖਾਧਾ, ਮਰ ਗਿਆ, ਚਲੋ ਜੀ ਮਿੱਟੀ। ਕੁਛ ਆਪਣੇ ਸਮਾਜ ਲਈ ਕਰਨਾ, ਕੁਛ ਆਪਣੇ ਦੇਸ਼ ਲਈ, ਕੁਛ ਸਮਾਜ ਲਈ, ਆਪਣੇ ਰਾਜਪੂਤ ਨਾਮ ਨੂੰ ਦੁਨੀਆਂ ਦੇ ਵਿੱਚ ਬੁਲੰਦ ਕਰਨਾ। ਪਰ ਉਹ ਤਾਂ ਹੀ ਹੋ ਸਕਦਾ ਮੇਰੇ ਵੀਰੋ, ਮੇਰੀ ਵਾਰ ਵਾਰ ਰਿਕੁਐਸਟ ਹੁੰਦੀ ਆ, ਜੁੜ ਜਾਓ ਰਾਜਪੂਤ ਏਕਤਾ ਕਾਇਮ ਕਰੋ, ਨਾ ਕਿ ਲੱਤਾਂ ਖਿੱਚੋ। ਠੀਕ ਆ, ਜੇ ਕੋਈ ਚੰਗਾ ਬੰਦਾ, ਚੰਗਾ ਕਲਾਕਾਰ, ਚੰਗਾ ਸਿੰਗਰ, ਚੰਗਾ ਐਕਟਰ ਤੁਹਾਨੂੰ ਮਿਲਦਾ ਆ, ਸਪੋਰਟ ਕਰੋ ਦੱਬ ਕੇ। ਠੀਕ ਆ, ਫਲਾਨਾ ਰਾਜਪੂਤ ਆ, ਉਹ ਨਹੀਂ ਆ, ਇੱਦਾਂ ਨਹੀਂ ਆ, ਇੱਦਾਂ ਲੱਤਾਂ ਖਿੱਚਣੀਆਂ ਬੰਦ ਕਰ ਦਿਓ। ਠੀਕ ਆ, ਗਾਣੇ ਹੋਰ ਵੀ ਆਉਣੇ ਆ, ਮੂਵੀ ਵੀ ਆਉਣੀਆਂ ਆ, ਸਪੋਰਟ ਕਰੋ ਦੱਬ ਕੇ। ਬੋਲੀਵੁੱਡ ਬਾਰੇ ਤੁਹਾਨੂੰ ਪਤਾ ਆ, ਜੋ ਵੀ ਹੋਇਆ ਸੁਸ਼ਾਂਤ ਵੀਰ ਨਾਲ ਬਹੁਤ ਮਾੜਾ ਹੋਇਆ। ਮੈਂ ਪਹਿਲਾਂ ਵੀ ਬਹੁਤ ਵਾਰ ਚੁੱਪ ਰਿਹਾ, ਜਦੋਂ ਪਹਿਲਾਂ ਵੀ ਇਤਿਹਾਸ ਦੀ ਗੱਲ ਹੁੰਦੀ ਸੀ, ਚੋਰੀ ਕਰਦੇ ਆ ਲੋਕ ਜਾਂ ਕੁਛ ਬੋਲਦੇ ਆ, ਮੈਂ ਚੁੱਪ ਰਹਿੰਦਾ, ਸੁਣਦਾ। ਠੀਕ ਆ, ਪਰ ਮੈਂ ਬਰਦਾਸ਼ਤ ਦੀ ਇੱਕ ਹੱਦ ਹੁੰਦੀ ਆ, ਮੈਂ ਕਿਸੇ ਨੂੰ ਕਹਿਣ ਨਾਲੋਂ ਆਪਣੇ ਸਮਾਜ ਨੂੰ ਇਹ ਗੱਲ ਕਹੂੰਗਾ ਕਿ ਪਲੀਜ਼ ਹਿੰਦੁਸਤਾਨ ਬਾਰੇ, ਅਸੀਂ ਤਾਂ ਹੀ ਹਿੰਦੁਸਤਾਨ ਲਈ ਕੁਛ ਕਰ ਸਕਦੇ, ਆਪਣੇ ਦੇਸ਼ ਲਈ, ਆਪਣੇ ਸਮਾਜ ਲਈ, ਜੇ ਇਹਨੂੰ ਥੋੜ੍ਹਾ ਚੇਂਜ ਕਰੂੰਗੇ, ਇਹਨੂੰ ਚੇਂਜ ਕਰਕੇ ਏਕਤਾ ਬਣਾਓ, ਰਾਜਪੂਤ ਏਕਤਾ ਬਣਾ ਲਓ। ਮੈਂ ਬਜ਼ੁਰਗਾਂ ਨੂੰ ਨਹੀਂ ਕਹਿੰਦਾ, ਮੈਂ ਮੁੰਡਿਆਂ ਨੂੰ ਕਹਿ ਰਿਹਾ, ਯੂਥ ਜਿਹੜਾ, ਕੁੜੀਆਂ, ਮੁੰਡੇ ਆ, ਤੁਸੀਂ ਚੇਂਜ ਕਰ ਸਕਦੇ ਹੋ ਆਉਣ ਵਾਲਾ ਸਮਾਂ, ਕੋਈ ਹੋਰ ਨਹੀਂ। ਜੈ ਸ਼੍ਰੀ